ਭਈ ਘਬਰਾਏ ਮੈਂ ਹਲੇ ਇੰਝ ਕੀਤਾ ਤੇ ਉਹਨੇ ਕਿਹਾ ਵੀ ਮੈਨੂੰ ਹੀ ਕਹਿਣਾ ਇਹਨੇ ਉਹਨੂੰ ਪਤਾ ਵੀ ਇਹਨੇ ਮੈਨੂੰ ਹੀ ਕਹਿਣਾ ਠੀਕ ਆ ਤੇ ਉੱਠ ਪਿਆ ਹੁਣ ਮੈਂ ਤੈਨੂੰ ਹੀ ਕਹਿਣਾ ਸੀ ਉਹ ਉੱਥੇ ਆ ਜਾ ਚੱਲ ਬੇਟਾ ਕੋਈ ਅੱਛੀ ਚੀਜ਼ ਜੂਗਾ ਇਹਨੂੰ ਮਾਰ ਉੱਡੇ ਮਜ਼ਾਕ ਵਗੈਰਾ ਮੂੰਹ ਹੈ ਇਹਦਾ ਉੱਡੇ ਮਜ਼ਾਕ ਇਹਦਾ ਮੂੰਹ ਇੱਦਾਂ ਜਿਵੇਂ ਜੇਬ 'ਚ ਸੁਰਮਾ ਪਾਇਆ ਆ ਵੀ ਭਾਈ ਦਾ ਮੂੰਹ ਇੱਦਾਂ ਜਿੱਦਾਂ ਖੱਬੀ ਜੇਬ 'ਚੋਂ ਲਾਂਤਾ ਨਿਕਲੀ ਸਾਈਕਲ ਤੋਂ ਲੈ ਕੇ ਬੰਦਾ ਮੜਿਆ ਇਹਦਾ ਮੂੰਹ ਵੇਖ ਲਓ ਸਾਈਕਲ ਤੇ ਬਹਿ ਕੇ ਮਜ਼ਾ ਆ ਰਿਹਾ ਇਹਦਾ ਮੂੰਹ ਦੇਖ ਲਓ ਜੈਕ ਨਾ ਹੱਥ ਚੁੱਕੀ ਇਹਦਾ ਫਿਰ ਮੂੰਹ ਵੇਖ ਲਓ ਕਰੇਨ ਨਾਲ ਕਰਜ਼ਾ ਚੁੱਕਿਆ ਰੋਟੀ ਤੋਂ ਮੈਨੂੰ ਯਾਦ ਆ ਗਿਆ ਅਸ਼ਬਾਜ ਸ਼ਰੀਫ ਨੇ ਪਲਾਨ ਨਹੀਂ ਕੱਢੇ ਰੋਟੀ ਆਪ ਹੀ ਬਾਹਰ ਨੂੰ ਆਉਂਦੀ ਉਹਨਾਂ ਨੂੰ ਕਹਿੰਦਾ ਬੰਦ ਕਰਕੇ ਮੈਨੂੰ ਝੂਟੇ ਦਿਓ ਹਾਂ ਸ਼ਬਾਜ ਸ਼ਰੀਫ ਇਹਨੂੰ ਲੈਪਟਾਪ ਦੇਣ ਆਇਆ ਤੇ ਇਹਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਡੈਕ ਨਾ ਦੇ ਦਾਂ ਯਾਰਾਂ ਦੋਸਤਾਂ ਨੂੰ ਗੱਲ ਸੁਣਾਉਂਦੇ ਆ ਭਾਈ ਕਹਿੰਦਾ ਸਾਡੇ ਘਰ ਜੰਗੀ ਸਾਈਕਲ ਆ ਉਹ ਮਰੇ ਮੈਂ ਜਾ ਕੇ ਦੇਖਿਆ ਤੇ ਸਾਈਕਲ ਦੇ ਅੱਗੇ ਮਾਰੀ ਛੁਰੀ ਲਾਈ ਗਲੀ ਜੋ ਇੱਕ ਬੰਦਾ ਰਿੱਛ ਲੈ ਕੇ ਲੰਘਣ ਦਿਆ ਤੇ ਉਹਨੂੰ ਕਹਿੰਦਾ ਤੈਨੂੰ 50 ਰੁਪਏ ਦਊਂ ਮੇਰੇ ਬੁੱਢੇ ਨੂੰ ਪਵਾ ਆ ਭਾਈ ਆਪਣੇ ਬੁੜੇ ਤੋਂ ਬੜਾ ਆਕਿਆ ਸੀਗਾ ਬੁੜਾ ਉਹਦੇ ਖਿਲਾਫ ਸੀ ਇੱਕ ਜਗ੍ਹਾ ਕੁੱਕੜਾਂ ਦੀ ਲੜਾਈ ਹੁੰਦੀ ਤੇ ਬੁੜੇ ਨੂੰ ਵਿੱਚ ਧੱਕਾ ਦੇ ਦਿੱਤਾ ਆਪਣੇ ਛੋਟੇ ਭਰਾ ਤੇ ਫੁੱਲਾਂ ਦੀਆਂ ਪੱਤੀਆਂ ਸੁੱਟਣ ਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਇਹਨੇ ਅੱਜ ਪਹਿਲੀ ਵਾਰੀ ਅੱਬੂ ਤੇ ਹੱਥ ਚੁੱਕਿਆ ਵੱਡਾ ਹੋ ਗਿਆ ਨਿਰੰਗਿਆਂ ਵਾਲਾ ਕੁੱਤਾ ਲੈਂਦਾ ਇਹਨੇ ਨਿਰੰਗਿਆਂ ਵਾਲਾ ਤੇ ਉਹਦੇ ਨਾਲ ਅੱਖਾਂ ਲਰਾਉਂਦੇ ਆ ਇਮਰਾਨ ਖਾਨ ਨਾਲ ਪੰਗੇ ਲੈਂਦੇ ਆ ਉਹਨੇ ਆਟਾ ਸਸਤਾ ਕੀਤਾ 500 ਰੁਪਏ ਦਾ ਥੈਲਾ ਤੇ 500 ਦਾ ਗੁੰਨਿਆ ਵੇਚਣ ਲੱਗ ਪਿਆ 20 ਕਿਲੋ ਤੀਆਂ ਦਾ ਤੇਲ ਪਵਾਇਆ ਪੰਪ ਤੋਂ ਉਹ ਕਹਿੰਦਾ ਇੰਨਾ ਥੋੜਾ ਕਹਿੰਦਾ ਜ਼ਿੰਦਗੀ ਮੌਤ ਦਾ ਕੀ ਪਤਾ ਯਾਰ ਖਾਓ ਰੋਟੀ ਤੇ ਖਾਓ ਨਹੀਂ ਜੁਗਤਾਂ ਹੀ ਖਾਣੀ ਉਹ ਫਿੱਟੇ ਮੂੰਹ ਹੋਏ ਮਰੇ ਕਿਸੇ ਨੂੰ ਵੀ ਕਹਿ ਦਿਓ ਰੋਟੀ ਖਾਓ ਤੇਰੇ ਹੱਥ ਸਭ ਤੋਂ ਪਹਿਲੇ ਇੱਧਰ ਨੂੰ ਆਉਂਦੇ ਠੇਕੇਦਾਰ ਮਰ ਗਿਆ ਸੀ ਮਾਰਿਆ ਪੌੜੀਆਂ ਪਲਾਜ਼ਿਆਂ 'ਚ ਲੱਗੀਆਂ ਹੁੰਦੀਆਂ ਆਪੇ ਤਾਂ ਨੂੰ ਚੜ੍ਹ ਆਹੋ ਉਹਨਾਂ 'ਚ ਕਮੀਜ਼ ਪਸਾ ਕੇ ਬੈਠਾ ਉਹ ਮਰੇ ਓਏ ਹੋਏ ਵੱਡੇ ਪਲਾਜ਼ੇ 'ਚ ਗਿਆ ਉੱਥੇ ਆਪੇ ਦਰਵਾਜ਼ਾ ਖੁੱਲ੍ਹ ਗਿਆ ਅਤੇ ਕਹਿੰਦਾ ਓਏ ਹੋਏ ਇੱਥੇ ਸਾਇਆ ਜੇ ਉਹ ਜਿਹੜਾ ਆਪੇ ਓਏ ਬੇਟੇ ਮੂੰਹ ਓਏ ਹੋਏ ਇੱਕ ਫੈਮਲੀ ਕੋਈ ਛਿੱਤਰ ਖਾ ਲਏ ਇਹਨੇ ਉਹ ਕਿੱਦਾਂ ਉਹ ਫੈਮਲੀ ਕਹਿੰਦੀ ਪੁੱਤ ਸਿੰਧਬਾਦ ਕਿੱਥੇ ਆ ਤੇ ਉਹਨਾਂ ਨੂੰ ਗੱਲ ਸੁਣਾਉਂਦੇ ਆ ਉਹ ਤੇ ਸਿੰਧ ਆ ਉਹ ਸਿੰਧ ਆ ਮੈਨੂੰ ਦੱਸ ਦਿਆ ਕਰ ਬਈ ਮੁੱਕ ਗਈ ਆ ਹੈ ਦੱਸਿਆ ਕਰ ਖਤਮ ਹੋ ਗਈ ਜੁਗਾ ਉਹ ਯਾਰ ਮੈਨੂੰ ਨਾ ਪਹਿਲੇ ਜੁਗਾ ਦਾ ਬਰ ਦੱਸਿਆ ਕਰ ਕਿੰਨਾ ਦਾ ਅੱਛਾ ਤੇਰੀ ਮਿਹਰਬਾਨੀ ਪਰ ਬਰ ਮਾਰਾ ਹਾਂ ਸਵਾ ਗਜ਼ ਬਰ ਦੀਆਂ ਜੁਗ ਤਾਂ ਮਾਰੇ 14 ਫਰਵਰੀ ਨੂੰ ਹੈ 14 ਫਰਵਰੀ ਨੂੰ ਡੈਨ ਨੂੰ ਫੁੱਲ ਦੇਂਦੇ ਆ ਵੈਲੈਂਟਾਈਨਸ ਡੇ ਇਹਨੂੰ ਵੀ ਨਹੀਂ ਸੀ ਪਤਾ ਵੈਲੈਂਟਾਈਨ ਡੇ ਕੀ ਹੁੰਦਾ ਤੇ ਉਦੋਂ ਦੇਗਾ ਚਾੜੀਆਂ ਇਹਦਾ ਇੱਕ ਭਰਾ ਨਾ ਕੁੱਬਾ ਸੀ ਇੰਜ ਕਰਕੇ ਸੈਲਫੀ ਲੈ ਰਿਹਾ ਇੰਜ ਲੈ ਰਿਹਾ ਤੇ ਇੰਜ ਲੈ ਰਿਹਾ ਓਏ ਹੋਏ ਓਏ ਕੁੱਬੇ ਤੇ ਗੱਲਾਂ ਕਰੋ ਇਹਦਾ ਫੇਰ ਇੱਕ ਭਰਾ ਕੁੱਬਾ ਸੀ ਤੇ ਉਹਦੇ ਕਰਕੇ ਫਰਸ਼ ਤੇ LCD ਲਵਾਈ ਐ ਵੇਖਦਾ ਰਹਿੰਦਾ ਯਾਰ ਫਿੱਟੇ ਮੂੰਹ ਇਹਦਾ ਵੀ ਇੱਕ ਭਰਾ ਕੁੱਬਾ ਸੀ ਮੈਂ ਕਿਹਾ ਕੁੱਬਾ ਵਾ ਕਹਿੰਦਾ ਨਹੀਂ ਇਹਦਾ ਡਕਾਰ ਫਸਿਆ ਇਹਦਾ ਵੀ ਇੱਕ ਭਰਾ ਕੁੱਬਾ ਸੀ ਉਹ ਸਕੂਲੇ ਪੜ੍ਹਦਾ ਸਾਰਿਆਂ ਨੂੰ ਮਾਸਟਰ ਕਹਿੰਦਾ ਚਲੋ ਇਹ ਕੰਨ ਫੜ ਲਓ ਉਹ ਕੁੱਬਾ ਸੀ ਉਹਨੂੰ ਕਹਿੰਦਾ ਸੀ ਚਲੋ ਸਿੱਧਾ ਹੋ ਜਾ ਉਹ ਜਦੋਂ ਗਲਤੀ ਕਰਦੇ ਚਲੋ ਸਿੱਧਾ ਹੋ ਜਾ ਸਿੱਧਾ ਉਹ ਕੋਈ ਆ ਨਹੀਂ ਸੀ ਜਾਂਦਾ ਇਹ ਉਹਦੀ ਸਰਦਾਰ ਸੀ ਹਾਂ ਇਹਦਾ ਵੀ ਇੱਕ ਭਰਾ ਕੁੱਬਾ ਸੀ ਉਹਦੇ ਫੌਜ 'ਚ ਲੱਗ ਗਿਆ ਜੰਗ ਹੋਈ ਸਾਰੇ ਫੌਜੀ ਮਰ ਗਏ ਇਕੱਲਾ ਹੀ ਬਚ ਗਿਆ ਮੈਂ ਕਿਹਾ ਤੂੰ ਕਿੱਦਾਂ ਬਚ ਗਿਆ ਕਹਿੰਦਾ ਸਾਰੀਆਂ ਗੋਲੀਆਂ ਮੇਰੇ ਉੱਤੋਂ ਲੰਘ ਗਈਆਂ ਇਹਦਾ ਭਰਾ ਇੱਕ ਕੁੱਬਾ ਸੀ ਉਹਦੇ ਕੋਲ ਉਤਲੇ ਖਾਨੇ 'ਚੋਂ ਬਰਫ਼ ਨਹੀਂ ਸੀ ਕੱਢੀ ਜਾਂਦੀ ਅਤੇ ਫਰਿੱਜ ਲੰਮੀ ਪਾਈ ਇਹਦਾ ਇੱਕ ਭਰਾ ਕੁੱਬਾ ਸੀ ਇੱਕ ਜਗ੍ਹਾ ਚੌਲ ਵੰਡੀ ਦੇ ਸੀ ਉਹਨੇ ਭਰਾ ਨੂੰ ਹੀ ਸਿੱਧਾ ਕਰਕੇ ਕਹਿੰਦਾ 'ਚ ਪਾ ਦੇ ਮਿਸਤਰੀ ਹੁੰਦਾ ਸੀ ਆ ਤੇ ਨਾਲੇ ਦਰਜ਼ੀ ਵੀ ਹੁੰਦਾ ਸੀ ਇੱਕ ਬੰਦਾ ਸੂਟ ਦੇ ਗਿਆ ਅਤੇ ਕਈ ਨਾਲ ਕੱਟਣ ਦਿਆ ਉਹਨੂੰ ਉਹਨੂੰ ਕੰਕਰੀਟ ਦੇ ਬਟਨ ਲਾ ਕੇ ਗਰਮਾਲੇ ਨਾਲ ਇਸਤਰੀ ਕਰਕੇ ਦਾਬੜੇ 'ਚ ਪਾ ਕੇ ਦੇ ਦਿੰਦੇ ਆ ਉਹ ਤੇ ਇਹਦਾ ਕੰਮ ਆ ਹਾਂ ਦਰਜ਼ੀ ਕੋ ਸੂਟ ਸਵਾਇਆ ਇਹਨੇ ਉਹਨੇ ਜੇਬੀ ਕੋਈ ਵੀ ਨਹੀਂ ਲਾਈ ਅਤੇ ਉਹ ਕਹਿੰਦਾ ਤੇਰੇ ਕੋਲ ਕਿਹੜਾ ਕੋਈ ਪੈਸਾ ਹੁੰਦਾ ਹੈ
ਕੀ ਅੱਗੋਂ ਸੱਚਾ ਹੋਇਆ ਇਹਦਾ ਮੂੰਹ ਵੇਖ ਲਓ ਜਿੱਦਾਂ ਧੋਤੀ ਨੂੰ ਪੀਕੋ ਕਰਾਈ ਨਹੀਂ ਉਹੀ ਫਾਰਮੈਟ ਐਡਾ ਪਾਗਲ ਆ ਇਹਦਾ ਵੀ ਮੂੰਹ ਦੇਖ ਲਓ ਹਸਪਤਾਲ ਵਾਲੇ ਬੈੱਡ ਤੇ ਮਸਹਿਰੀ ਸੀ ਆਈ ਆ ਡਾਕਟਰ ਹੁੰਦਾ ਸੀ ਕੌਣ ਆਲ ਅੱਛਾ ਇਹ ਡਾਕਟਰ ਹੁੰਦਾ ਸੀ ਤਾਂ ਆਪਰੇਸ਼ਨ ਥੀਏਟਰ ਤੋਂ ਇੱਕਦਮ ਬਾਹਰ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਮੇਰੇ ਕੋਲੋਂ ਬਹੁਤਾ ਪਾੜਾ ਪੈ ਗਿਆ ਪਾੜਾ ਡਾਕਟਰ ਨੂੰ ਕਹਿੰਦੇ ਆ ਆਹ ਕਿਹੜੀ ਕੰਪਨੀ ਦੇ ਹੈਂਡ ਫਰੀਆਂ ਪਾਈ ਫਿਰਦਾ ਉਹ ਜਿਹੜਾ ਕੀ ਹੁੰਦਾ ਵਾ ਸਟੈਕਸ ਕੂਟ ਕੂਲ ਮੁੱਕ ਗਈ ਇਹਦੀ ਬੁਖਾਰ ਡਾਕਟਰ ਥਰਮਾਮੀਟਰ ਲਾਇਆ ਝੂਸਣ ਲੱਗ ਪਿਆ ਯਾਰ ਤੂੰ ਉੱਚੀ ਕਿਉਂ ਨੀ ਬੋਲਦਾ ਮਰੇ ਤੂੰ ਅੱਗੇ ਤੇ ਨਾ ਜਿਵੇਂ ਤੂੰ ਪਤਾ ਨੀ ਕੀ ਕਰ ਦੇਣਾ ਇਹਨੂੰ ਵੀ ਬੁਖਾਰ ਹੋਇਆ ਤੇ ਡਾਕਟਰ ਟੈਸਟ ਲਾ ਕੇ ਚੈੱਕ ਕਰਨ ਦੇ ਆ ਲਓ ਜੀ ਮੇਰੀ ਗੱਲ ਸੁਣੋ ਚਲੋ ਜੀ ਸਾਰੇ ਲਓ ਜੀ ਮੇਰੀ ਗੱਲ ਸੁਣੋ 20 ਰੁਪਏ ਦੇਵਾਂਗਾ ਇੱਕ ਜੁਗਤ ਦੇ ਘੱਟ ਭੈਣ ਤੇਰਾ ਕੀ ਪਤਾ ਨਸ਼ਾ ਤੂੰ 2500 ਜੁਗਤ ਮਾਰ ਦੇਣੀ 20 ਰੁਪਏ ਘੱਟ ਆ ਕਿੰਨੇ ਦੇਣਾ ਕਮ ਤੋਂ ਕਮ 70 ਰੁਪਏ ਹੋਣੇ ਚਾਹੀਦੇ ਯਾਨੀ ਤੂੰ 70 ਇਸ ਤੋਂ ਕਹਿ ਕੇ 20 ਮੈਂ ਘੱਟ ਵੀ ਕਰਾ ਲਾਂ ਤਾਂ 50 ਤੱਕ ਤੇਰਾ ਦੇਣ ਹੈਗਾ ਸਾਰੇ ਸਾਰੇ ਜਦੋਂ ਕਹਿਣਗੇ ਕਿ ਹਾਂਜੀ ਠੀਕ ਆ ਉਦੋਂ ਤੇ ਅਗਰ ਕੋਈ ਵੀ ਨਾ ਹੱਸਿਆ ਨਾਲ ਕਿਹਾ ਫਿੱਕੀ ਤੇ ਤੇਰੇ ਪਿਛਲੀ ਦੇ ਵੀ ਪੈਸੇ ਕੱਟੇ ਜਾਣੇ ਸਾਰਿਆਂ ਦੇ 50-50 ਰੁਪਏ ਬੇਟਾ ਅਗਰ ਫਿੱਕੀ ਕੀਤੀ ਨਾ ਤੇ ਜੁਰਮਾਨਾ ਵੀ ਹੋਣਾ 50 ਰੁਪਏ ਇੱਕ ਕਰਕੇ ਕੈਸ਼ ਆਊਟ ਕਰ ਤੁਹਾਡੀ ਮੋਟਰਸਾਈਕਲ ਵਿਕ ਜਾਣੀ ਤੇਰੇ ਪੱਲੇ ਆਉਣਾ ਕਿਉਂਕਿ ਮੈਂ ਫਿੱਕੀ ਦੇ 5 ਰੁਪਏ ਵੀ ਜੁਰਮਾਨਾ ਰੱਖਦਾ ਨਾ ਤਾਂ ਵੀ ਤੇਰੇ ਕੋਲ ਕੱਖ ਨਹੀਂ ਬਚਣਾ ਤੂੰ ਸਾਰਾ ਕੁਝ ਇੱਥੇ ਦੇ ਜਾਣਾ ਇਹਨੇ ਕਹਿਣਾ ਯਾਰ ਫਿੱਕੀਆਂ ਜੁਗਤਾਂ ਕਰ ਕਰਕੇ ਪਲਾਟ ਹਾਰ ਗਏ ਯਾਰ ਤੇਰਾ ਪਲਾਟ ਹੁੰਦਾ ਸੀ ਉਹ ਯਾਰ ਉੱਥੇ ਬਸ ਇੱਕ ਫਲੋ 'ਚ ਗੱਲ ਹੋ ਗਈ ਮੈਂ ਫਿਰ ਫਿੱਕੀਆਂ ਹੀ ਕਰਤੀਆਂ ਸਾਰੀਆਂ ਲਓ ਜੀ ਤੁਹਾਡੇ ਤੁਸੀਂ ਕਿਉਂਕਿ ਦੋਵੇਂ ਤੇਜ਼ ਆ ਤੁਸੀਂ ਕਰੋਗੇ ਭੈਣ ਤੁਹਾਨੂੰ 30 ਰੁਪਏ ਜੁਗਤ ਦੇ ਇਹ ਅੱਛੀ ਜੁਗਤ ਕਰਨਗੇ ਇਹਨਾਂ ਨੂੰ 50 ਰੁਪਏ ਇਹਨਾਂ ਨੂੰ ਕਾਹਤੋਂ ਪਿਆ ਯਾਰ ਉਹ ਮਤਲਬ ਤੁਸੀਂ ਤੇ ਨੈਸ਼ ਜੇ ਨਾ ਦੋਵੇਂ ਆਹੋ ਲੇਕਿਨ ਵਾਮ ਫੈਸਲਾ ਕਰੇਗੀ ਚਲੋ ਜੀ ਸ਼ੁਰੂ ਮਹਿੰਗਾਈ ਬੜੀ ਹੈ 35 ਤੇ ਕਰੋ ਨਹੀਂ ਨਹੀਂ 30 ਚਲੋ ਜੀ ਨਾ ਤੁਹਾਡੀ ਗੱਲ ਨਾ ਮੇਰੀ 31 ਹੋ ਗਈ ਉਹ 31 ਦਾ ਮੇਲਾ ਹੁੰਦਾ 31 ਪੈਸੇ ਨਹੀਂ ਹੁੰਦੇ ਡਰਿਲ ਮਸ਼ੀਨ ਨਾਲ ਕੰਨ ਸਾਫ਼ ਕਰਨ ਦੇ ਹਾਂਜੀ ਹਾਂ ਕਿ ਨਾ ਕੱਖ ਨਹੀਂ ਕੱਖ ਨਹੀਂ ਹੈਲਪਲਾਈਨ ਦੀ ਲਾਈਨ ਚ ਲਾ ਕੇ ਲੰਗਰ ਲਿਆ ਹੈ ਹੈਲਪਲਾਈਨ ਦੀ ਲਾਈਨ ਚ ਲਾ ਕੇ ਲੰਗਰ ਲਿਆ 30 ਰੁਪਏ ਹੋ ਗਏ ਨਹੀਂ 30 ਨਹੀਂ 30 ਬੇਟਾ ਪਹਿਲੇ ਗੱਲ ਕੀਤੀ ਮੈਂ 50 ਇਹਨਾਂ ਦੇ ਆ ਤੇਰੇ 30 ਆ ਚਲੋ ਜੀ ਠੀਕ ਆ ਕੀ ਆ 11:22 ਤੇ ਮੈਸੇਜ ਸੁੱਟਣ ਦੇ ਆ ਕਾਲ ਮੀ ਲੋ ਜੀ 30 ਤੇ 30 ਨਹੀਂ ਬਰਾਬਰ ਨਹੀਂ ਹੋ ਗਏ 30 ਇਹਦੇ 30 ਇਹਦੇ ਇਹਨੇ ਇੱਕ ਬੰਦੇ ਦਾ ਨੰਬਰ ਮਿਲਾਇਆ ਅੱਗੋਂ ਕੁੜੀ ਕਹਿੰਦੀ ਆਪ ਕੇ ਮਿਲਾਏ ਹੋਏ ਨੰਬਰ ਤੇ ਜਵਾਬ ਮਸੂਲ ਨਹੀਂ ਹੋ ਰਹਾ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਆ ਪੰਤਾਲੀ ਹੋ ਗਏ ਮੈਂ ਬੇਟੇ ਮੈਂ ਅੱਗੇ ਵੀ ਸੁਣੀ ਆ ਚਲੋ 50 ਹੋ ਗਏ ਸਿੱਧਾ ਸਾਹਿਬ 50 30 ਤੇਰੇ 50 ਤੇਰੇ ਚੱਲ ਬਈ ਭਾਈ ਤੁਸੀਂ ਵੀ 50 ਕੋਈ ਮਿਹਨਤ ਕਰੋ ਤੁਹਾਨੂੰ ਤਾਂ 50 ਮਿਲਣੇ ਹਾਂਜੀ ਇਹ ਬੱਕਰਾ ਲੈਣ ਚਲੇ ਗਿਆ ਕੁਰਬਾਨੀ ਦਾ ਉਹ ਕਹਿੰਦਾ ਦੋਂਦਾ ਛੱਕਾ ਚੋਗਾ ਕਹਿੰਦਾ ਮੈਨੂੰ ਸਿੰਗਲ ਆਉਣਾ ਚਾਹੀਦਾ ਕਹਿੰਦਾ ਦੋਂਦਾ ਚੋਗਾ ਛੱਕਾ ਕਹਿੰਦਾ ਨਹੀਂ ਮੈਨੂੰ ਸਿੰਗਲ ਆਉਣਾ ਚਾਹੀਦਾ ਹਾਂਜੀ 50 ਰੁਪਏ ਬੰਦੇ ਕਿ ਨਹੀਂ ਨਹੀਂ ਚਲੋ ਵੱਡੀ ਤੇ ਇਹਨਾਂ ਨੇ ਐਡਾ ਤਕੜਾ ਵੈੜ ਲੈਂਦਾ ਉੱਤੇ ਛੁਰੀ ਨਾ ਚੱਲੇ ਉਹਦੇ ਮੂੰਹ 'ਚ ਬੰਬ ਲਾ ਦਿੱਤਾ ਜਿਹਦਾ ਜਿਹਦਾ ਹਿੱਸਾ ਸੀ ਉਹਦੇ ਘਰ ਪਹੁੰਚ ਗਏ ਆਪੇ ਹਾਂਜੀ ਕੱਲੀ ਬਾਂਹ ਬਾਹਰ ਤੇ ਵੱਡੀ ਸਾਰੀ ਸੋਟੀ ਤੇ ਅੱਗ ਲਾ ਕੇ ਉਹਦਾ ਹੱਥ ਸਾੜਨ ਦੇ ਉਹਨੇ ਉਹ ਵੀ ਵਿੱਚ ਕਰ ਲਿਆ ਇੰਡੀਆ ਉਹਨੇ ਕਿਹਾ ਲੱਖ ਲਾਣ ਦੇ ਉਹਨੇ ਵੀ ਵਿੱਚ ਕਰ ਲਿਆ ਮੈਂ ਕਹਿ ਰਿਹਾ ਕਹਿੰਦਾ ਕੋਈ ਆਪਾਂ ਡੁੱਬਣ ਲੱਗਿਆ ਉਹਨੇ ਹੱਥ ਬਾਹਰ ਕਿਤੇ ਜਾ ਕੇ ਨਾ ਵਾਲ ਸਲਾਮ ਦਰਬਾਰ ਤੇ ਚਲੇ ਗਿਆ ਤੇ ਉਹਨੂੰ ਕਹਿੰਦਾ ਮੇਰੀ ਜੁੱਤੀ ਜ਼ਰਾ ਉੱਚੀ ਰੱਖੀ ਵਿੱਚ ਮੇਰੀ ਨਾਨ ਟਿੱਕੀ ਪਈ ਫਿਟੇ
ਤੇਰੇ 90 ਹੋ ਗਏ ਔਰ ਜਿਹਦੇ ਨਾਲ ਕਾਰਪੇਟ ਦੀ ਸਫਾਈ ਨਹੀਂ ਕਰੀਦੀ ਵੈਕਿਊਮ ਕਲੀਨਰ ਉਹ ਮਸੀਤ ਦੇ ਗੱਲੇ ਤੇ ਰੱਖ ਕੇ ਉਹ ਪੈਸੇ ਖਿੱਚਣ ਦੇ ਕਸੋ ਹੋ ਗਿਆ ਤੇਰਾ ਜਾ ਮੈਨੂੰ ਹੋਰ ਪੈਸੇ ਚਾਹੀਦੇ ਚੱਲ ਕਾਲ ਕਾਲ ਬੇਟੇ ਆਪਣੇ ਅੱਬੇ ਨਾਲ ਜੁਮਾ ਪੜਨ ਚਲੇ ਗਿਆ ਤੇ ਮੌਲਵੀ ਸਾਹਿਬ ਫੁੱਲ ਜੋਸ਼ੋ ਖਰੋਸ਼ ਚ ਤਕਰੀਰ ਕਰਨ ਲੱਗੇ ਤੇ ਉਹਨੂੰ ਕਹਿੰਦੇ ਆ ਆ ਤੇਰੇ ਕਰਕੇ ਖਿਜੇ ਆਈ ਇਹਦਾ ਭਰਾ ਗਵਾਚ ਗਿਆ ਤੇ 50,000 ਰੁਪਇਆ ਦੇ ਕੇ ਹਨੀ ਸਿੰਘ ਕੋਲ ਲਾਨ ਕਰਾਉਂਦੇ ਸੱਤਰ ਤੇ 100 ਤੇਰਾ ਹੋ ਗਿਆ ਭਾਵੇਂ 100 ਤੇਰਾ ਯਾਰ ਯਾਦ ਰੱਖਣਾ ਤੂੰ ਇਹਦੇ ਪੈਸੇ ਯਾਦ ਰੱਖਣੇ 100 ਹੀ ਇਹਦਾ ਤੂੰ ਏ ਮਰੇ ਤੂੰ ਕੋਈ ਠੇਕੇਦਾਰ ਤੋਂ ਇਲਾਵਾ ਵੀ ਕੁਛ ਯਾਦ ਰੱਖ ਲਾ ਇਹਦੇ ਪੈਸੇ ਮੈਨੂੰ ਕਹਿੰਦਾ ਦੇਖੀ ਜਦੋਂ ਤੇਰੇ ਭਰਾ ਦਾ ਵਿਆਹ ਹੁੰਦਾ 26 ਕਿੱਲੇ ਤੱਕ ਲਾਈਨਾਂ ਲੱਗੀਆਂ ਹੋਊ ਮੈਂ ਜਾ ਕੇ ਦੇਖਿਆ ਤੇ ਲੰਗਰ ਵਾਲੀ ਲਾਈਨ 'ਚ ਬਰਾਤ ਲਾਈ ਇਹ ਵੀ ਕਹਿੰਦਾ ਕਹਿੰਦਾ ਇਸ ਵਾਰੀ ਵੇਖੀ ਤੇਰਾ ਭਰਾ ਬਸੰਤ ਮਨਾਉਂਦਾ ਤੇ ਲੱਠੇ ਵਾਲਾ ਸੂਟ ਪਾ ਕੇ ਦੂਰ ਦੂਰ ਕੰਨੀਆਂ ਦੇਣ ਜਾਣਦੇ ਆ ਲੋਕਾਂ ਜਿਹੜੀ ਚੋਰੀ ਬਣ ਕੇ ਤੇ ਦੂਰ ਦੂਰ ਜਾ ਰਿਹਾ ਇੰਨੇ ਵੀ ਭਾਈ ਫੁੱਲ ਲੱਠੇ ਦਾ ਸੂਟ ਪਾਇਆ ਐਂ ਕਰਕੇ ਈਦ ਵਾਲੇ ਦਿਨ ਘਰੋਂ ਨਿਕਲਿਆ ਤੇ ਨਾਲਦਿਆਂ ਦਾ ਬਨੇਰਾ ਡਿੱਗ ਗਿਆ ਇਹਦੇ 'ਤੇ ਭੈਣ ਐ ਸੀ ਲਓ ਜੀ ਕਿੰਨੇ ਕਿੰਨੀ ਹੋ ਗਈ ਇਹਦੇ ਕਿੰਨੇ ਸੀ ਮੇਰੇ 160 ਹੋ ਗਏ 160 ਪਿਛਲੇ ਬੇਟੇ ਤੂੰ ਐਡਾ ਭੁਦਰਾ ਜੁਗਤ ਬਾਸ ਹੈ 100 ਸੀ 30 ਹੋਰ ਪਾ ਲਾ 130 ਇਹਦੇ 20 ਪਾ ਇਹਦਾ ਲਾਫਟਰ ਘੱਟ ਆਇਆ ਸੀ 230 ਆ ਮੇਰੇ ਕਿਉਂ ਬੇਟੇ ਤੂੰ ਕੋਈ ਰੂਹਾਨੀ ਜੁਗਤਾਂ ਵੀ ਮੈਨੂੰ ਕਰ ਰਿਹਾ ਜਿਹੜੀਆਂ ਆਵਾਜ਼ ਨਹੀਂ ਆ ਰਹੀ ਕਿਸੇ ਨੂੰ ਭਾਜੀ ਥੋਕ ਦੇ ਹਿਸਾਬ ਨਾਲ ਹੀ ਕਰ ਰਹੇ ਥੋਕ ਦੇ ਹਿਸਾਬ ਨਾਲ ਨਹੀਂ ਭਾਣੇ ਤੁਹਾਡੀ 50 ਰੁਪਏ ਜੁਗਤ ਆ ਹਾਂਜੀ ਸੋਚੋ ਪੀਜ਼ਾ ਦੇ ਨਹੀਂ ਆਉਂਦੇ ਮੋਟਰਸਾਈਕਲ ਤੇ ਆਹੋ ਉਹਨਾਂ ਨੂੰ ਕਹਿੰਦਾ ਡੱਬਾ ਜਿਹਾ ਲਾ ਕੇ ਮੈਨੂੰ ਉੱਥੇ ਕਲਾ ਕੇ ਆ ਅੱਛਾ ਯਾਰ ਐਸਾ ਨੈਚ ਆ ਇਹ ਬੜੀ ਸਾਦੀ ਜੀ ਗੱਲ ਦੀ ਜੁਗਤ ਬਣਾ ਲੈਂਦਾ ਹੈ ਨਾ ਆਹ ਠੇਕੇਦਾਰ ਭਾਈ ਉਹ ਸਮੁੰਦਰ 'ਚ ਨਹੀਂ ਸਿਲੰਡਰ ਜਿਹਾ ਬੰਨ ਕੇ ਵਰਦੇ ਆਹੋ ਉਹ ਗਟਰ 'ਚ ਲੈ ਕੇ ਵਰਦੇ ਮੈਂ ਤੈਨੂੰ ਕਿਹਾ ਸੀ ਇਹ ਨੈਸ਼ ਹੈ ਲਓ ਜੀ ਕਿੰਨੇ ਸੀ 120 150 ਹੋ ਗਿਆ ਹੱਲੇ ਹੱਲੇ ਕੀ ਪਜਾਮਾ ਵਾਲੀ ਜੁਗਤ ਹੈ ਇਹ ਮੈਂ ਫੈਸਲਾ ਕਰਾਂਗਾ ਇਹ ਤਾਂ ਅੱਬਾ ਖੰਘਿਆ ਫੁੱਲ ਉਹਨੂੰ ਖੂਨ ਦੀਆਂ ਉਲਟੀਆਂ ਆਉਂਦੀਆਂ ਤੇ ਉਹਨੂੰ ਪਿੱਛੋਂ ਚੰਡ ਮਾਰ ਕੇ ਕਹਿੰਦਾ ਕੰਮ ਤੋਂ ਛੁੱਟੀ ਨਹੀਂ ਕਰਨੀ ਹਾਂਜੀ ਇਹਦੇ ਬੁੱਢੇ ਨੇ ਭਾਈ ਸੋਨੇ ਦਾ ਦੰਦ ਲਵਾਇਆ ਤੇ ਰਾਤ ਨੂੰ ਉਹਦੀ ਮੰਜੀ ਦੇ ਆਲੇ ਦੁਆਲੇ ਪਲਾਸ ਲੈ ਕੇ ਫਿਰਦਾ ਹੈ ਕੀ ਲੈ ਕੇ ਫਿਰਦੇ ਪਲਾਸ ਲਾ ਲੈਣਾ ਅੱਜ ਆ ਭਾਈ ਬਲਡੋਜ਼ਰ ਲੈ ਕੇ ਤੇ ਮੁਹੱਲੇ 'ਚ ਆ ਗਿਆ ਮੈਂ ਕਿਹਾ ਕਿੱਧਰ ਕਹਿੰਦਾ ਯਾਰ ਬੂਹਾ ਨਹੀਂ ਖੋਲਣ ਦੇ ਮੈਂ ਮਕਾਨ ਹੀ ਢਾ ਦੇਣਾ ਇਹਦਾ 2 ਲੱਖ ਰੁਪਏ ਦਾ ਇਨਾਮ ਲੱਗਾ ਇਹਨੇ ਕਿਹਾ ਮਕਾਨ ਢਾ ਕੇ ਦੁਬਾਰਾ ਬਣਾਉਣੇ ਤੇ 2 ਲੱਖ 'ਚ ਸਿਰਫ ਟੱਠਾ ਮੁੜ ਕੇ ਪਰਦੇ ਲਾ ਕੇ ਬੈਠੇ ਬਣਿਆ ਹੀ ਨਹੀਂ ਬਾਅਦ 'ਚ ਇਹਨਾਂ ਦਾ ਮਕਾਨ ਇੰਨਾ ਨੀਵਾਂ ਵਾ ਚੋਰ ਚੋਰੀ ਕਰਨ ਆਇਆ ਤੇ ਉਹਨੂੰ ਸੱਟਾਂ ਲਵਾ ਲਈਆਂ ਉਹਨੇ ਇਹਨਾਂ ਦੇ ਘਰ ਮੈਂ ਕਹਿੰਦਾ ਕਹਿੰਦਾ ਚੋਰੀ ਕਰਕੇ ਉਹਦੇ ਕੋਲ ਬਾਅਦ 'ਚ ਉੱਤੇ ਨਹੀਂ ਚੜਿਆ ਗਿਆ ਇਹਨਾਂ ਦੇ ਘਰ ਐਡਾ ਨੀਵਾਂ ਵਾ ਗੇਟ ਨਾਲ ਪੈਰਾਸ਼ੂਟ ਟੰਗਿਆ ਉਹਦੇ ਨਾਲ ਥੱਲੇ ਉਤਰਦੇ ਹੁੰਦੇ ਆ ਭਾਈ ਉਹਨਾਂ ਨੇ ਮਕਾਨ ਬਣਾਇਆ ਤੇ ਫਰੈਂਡ ਤੇ ਇੰਨੇ ਪੈਸੇ ਲਾਤੇ ਸਾਰੇ ਹੀ ਮੁੱਕ ਗਏ ਤੇ ਪਿੱਛੇ ਤੰਬੂ ਕਨਾਤਾਂ ਲਾ ਲਈ ਸਿਰਫ ਫਰੰਟ ਅੱਛਾ ਪਿੱਛੇ ਤਰਪਾਲਾਂ ਪਾ ਲਈਆਂ ਆ ਭਾਈ ਜਹਾਜ਼ 'ਚ ਬੈਠਾ ਤੇ ਜਹਾਜ਼ ਨੂੰ ਕੋਈ ਮਸਲਾ ਬਣ ਗਿਆ ਉਹ ਕਹਿੰਦੇ ਸਾਰੇ ਆਪਣਾ ਪੈਰਾਸ਼ੂਟ ਪਾ ਕੇ ਛਾਲ ਮਾਰ ਦਿਓ ਇਹਨੇ ਛਾਲ ਮਾਰੀ ਪੈਰਾਸ਼ੂਟ ਖੁੱਲਿਆ ਨਹੀਂ ਤੇ ਮੈਨੂੰ ਕਹੀ ਜਾਵੇ ਕਹਿੰਦਾ ਜਿਹੜਾ ਪੈਰਾਸ਼ੂਟ ਨਹੀਂ ਨਾ ਖੁੱਲਿਆ ਲੱਗਦਾ ਥੱਲੇ ਗੱਡੀਆਂ ਵੀ ਨਹੀਂ ਖੜੀਆਂ ਆਪਣੀ ਮਸ਼ੂਕ ਨੂੰ ਕਹਿੰਦਾ ਪੀਜ਼ਾ ਖਾਈਏ ਉਹ ਕਹਿੰਦੀ ਤਲੇ ਨਾਨ ਖਾਣੇ ਛੱਡਦੇ ਹੀ ਇਹ ਵੀ ਜਹਾਜ਼ 'ਚ ਬੈਠਾ ਤੇ ਏਅਰ ਹੋਸਟਸ ਨੇ ਕਿਹਾ ਜਹਾਜ਼ 'ਚ ਖਰਾਬੀ ਹੋ ਗਈ ਆ ਪੈਰਾਸ਼ੂਟ ਬੰਨ ਕੇ ਛਾਲ ਮਾਰ ਦਿਓ ਇਹਨੇ ਸਭ ਤੋਂ ਪਹਿਲੇ ਛਾਲ ਮਾਰੀ ਉਹਨੇ ਬੂਹਾ ਬੰਦ ਕਰਤਾ ਕਹਿੰਦੇ ਬਸ ਇਹਨੂੰ ਹੀ ਕੱਢਣਾ ਸੀ ਅੱਛਾ ਇੱਕ ਜੁਗਤਬਾਜ਼ੀ ਨਹੀਂ ਲੱਗਦੀ ਇਹਨਾਂ ਦਾ ਆਪਣਾ ਕੋਈ ਰੌਲਾ ਲੱਗ ਰਿਹਾ ਬਾਹਰ ਦੇ ਮੁਲਕ ਚਲਾ ਗਿਆ ਉੱਥੇ ਜਾ ਕੇ ਜਹਾਜ਼ ਰੁਕਿਆ ਹਾਲੇ ਪੌੜੀ ਵੀ ਨਹੀਂ ਲੱਗੀ ਪਹਿਲੇ ਛਾਲ ਮਾਰਤੀ ਸਿਰ ਚੜ ਕੇ ਉਹਨੇ ਕਹਿਣਾ ਚੱਲ ਵੀ ਧਿਆਨ ਅੱਗੇ ਕਰਕੇ ਅੱਗੇ ਕਰਕੇ ਚੱਲ ਆਹੋ ਹਾਂ ਆਪਣੀ ਮਸ਼ੂਕ ਨੂੰ ਕਹਿੰਦਾ ਮੈਨੂੰ ਕੁਛ ਭੇਜ ਉਹਨੇ ਲਾਨਤ ਭੇਜ ਆ ਭਾਈ ਹਾਂ ਆ ਭਾਈ ਦੀ ਨਵੀਂ ਨਵੀਂ ਮਸ਼ੂਕ ਬਣੀ ਤੇ ਮਰੇ ਬੋਣੀ ਤੇ ਕਰ ਲਾ 50 ਤੇ ਲੈ ਲਾ ਅੱਛਾ ਜੀ ਚੱਲ ਤੇਰੇ ਤੁਹਾਡੇ ਕਿੰਨੇ ਹੋ ਗਏ ਨੇ 13 ਹੋ ਗਿਆ ਸ਼ਾਬਾਸ਼ ਗੁੱਡ ਤੂੰ ਮੇਰੇ ਨਾਲ ਆ ਕਹਿੰਦਾ 100 130 ਤੋਂ ਕਹਿੰਦਾ 100 150 ਇਹਦਾ 150 ਇਹਦਾ ਹੋ ਗਿਆ ਚਲੋ ਇੱਥੋਂ ਹਿਸਾਬ ਸ਼ੁਰੂ ਕਰਦੇ ਹਾਂ 150 ਤੁਹਾਡਾ ਹੋ ਗਿਆ ਅੱਗੋਂ ਫਿਰ 10 ਤੋਂ ਯਾਨੀ ਸ਼ੁਰੂ ਕਰਦੇ ਪੈਸੇ ਘਟਾਈ ਜਾ ਰਹੇ ਆਮਦ ਮਰੀ ਜਾ ਰਹੀ ਨਹੀਂ ਨਹੀਂ
150 ਤੱਟ ਦੋਵਾਂ ਦਾ ਆ ਭਾਈ ਨੇ ਨਵੀਂ ਨਵੀਂ ਫੇਸਬੁੱਕ ਬਣਾਈ ਤੇ ਆਪਣੀ ਮਸ਼ੂਕ ਨੇ ਕਹਿੰਦਾ ਮੈਨੂੰ ਕੁਝ ਭੇਜ ਉਹਨੇ ਸਦਕੇ ਦੀ ਸੀਡੀ ਭੇਜਤੀ ਇਹਨੂੰ ਉਹ ਧੋਣ ਤੇ ਲਾ ਕੇ ਫਿਰੀ ਜਾ ਰਿਹਾ ਵੱਡੇ ਵੱਡੇ ਵਾਲ ਰੱਖ ਕੇ ਤੇ ਕੁੜੀਆਂ ਦੇ ਕਾਲਜ ਅੱਗੇ ਖਲੋਤਾ ਇੱਕ ਕੁੜੀ ਨੂੰ ਆ ਕੇ ਕਹਿੰਦੀ ਵੀਰੇ ਤੇਰੇ ਸਿਰ ਚੋਂ ਫੋੜੇ ਹਟੇ ਨਹੀਂ ਹਲੇ ਯਾਰ ਇਹਨੇ ਬਿੱਲੂ ਥੋਥਾ ਲਈ ਹੈਂਡ ਫਰੀ ਲਾਈ ਕਿਹੜੀ ਕਿਹੜੀ ਬਿੱਲੂ ਥੋਥਾ ਲਈ ਹੈਂਡ ਉਹ ਲੱਖ ਲਾਣਤ ਓਏ ਫੇਰ ਗਈ ਕਹੀ ਉਹ ਜਿਹੜੀ ਕੰਨ 'ਚ ਹੈਂਡ ਫਰੀ ਲਾਈ ਨਹੀਂ ਨਹੀਂ ਕਿਹੜੀ ਪਹਿਲੇ ਜਿਹੜੀ ਕਹੀ ਬਿੱਲੂ ਥੋਥਾ ਲਈ ਅੱਛਾ ਬਿੱਲੂ ਥੋਥਾ ਲਈ ਹੈਂਡ ਫਰੀ ਲਾ ਲਈ ਇਹਨੇ ਭਾਈ ਲੈਪਟਾਪ ਵਾਲਾ ਬੈਗ ਪਾਇਆ ਫੁੱਲ ਤੇ ਪਿੱਛੋਂ ਤਵੇ ਦੀ ਮੁੱਠ ਬਾਹਰ ਆਈ ਅੱਛਾ ਜੁਗਤ ਦੀ ਤੇ ਜੁਗਤ ਤੇ ਲਾੜ ਦੇ ਪਿੱਛੋਂ ਉਹਦਾ ਸਟਾਈਲ ਕੈਸਾ ਇੰਜ ਲੱਗਦਾ ਨਾਲ ਉਹਨੂੰ ਯਾਦ ਵੀ ਆ ਰਿਹਾ ਕਿ ਆਹੋ ਮੈਂ ਦੇਖੀ ਸੀ ਭਾਈ ਤੁਸੀਂ ਅੱਖਾਂ ਉਹ ਖਾਂਦੇ ਨਹੀਂ ਜੁਗਤਾਂ ਦੇ ਘਰ 8 ਸਾਲ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਉਹਨਾਂ ਨੇ ਮਾੜਾ ਜਿਹਾ ਬੂਆ ਖੋਲ ਕੇ ਇਹਨੂੰ ਕਿਹਾ ਉਹ ਜਦੋਂ ਅਸੀਂ ਨਹੀਂ ਤੁਹਾਡੇ ਘਰ ਆਉਂਦੇ ਤੁਸੀਂ ਕੀ ਲੈਣ ਆਏ ਇੱਧਰ ਹਾਂ ਉਹਨਾਂ ਦੀਆਂ ਥੜੀਆਂ ਤੇ ਬਹਿ ਕੇ ਆਪਣੇ ਪੱਲਿਓਂ ਬੋਤਲਾਂ ਪੀਂਦੇ ਆ ਯਾਨੀ ਮਹਿਮਾਨ ਨਵਾਜ਼ੀ ਆਪਈ ਆ ਜਿਹੜਾ ਨਾਲ ਦਾ ਵਾ ਇਹ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਜੂਸ ਦੇ ਉਹ ਕਹਿੰਦਾ ਰਾਣੀ ਜੂਸ ਦੇ ਦਾਂ ਕਹਿੰਦਾ ਨਹੀਂ ਯਾਰ ਹੋਰ ਕਿਸੇ ਬਰਾਦਰੀ ਦਾ ਦੇ ਸਹੀ ਗੱਲ ਹਾਂ ਪੰਨ ਵਾਲੀ ਦੁਕਾਨ ਤੇ ਜਾ ਕਹਿੰਦਾ ਕੋਈ ਜੂਠਾ ਰਾਣੀ ਜੂਸ ਨਹੀਂ ਪਿਆ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਉਹਨਾਂ ਨੇ ਚਾਹ ਨਾਲ ਕੁੱਤਿਆਂ ਨੂੰ ਪਾਉਣ ਵਾਲੇ ਬਿਸਕੁਟ ਦੇ ਦਿੱਤੇ ਇਹ ਕਿੱਧਰ ਨੂੰ ਗੱਲ ਤੁਰ ਪਈ ਭੈਣ ਹਾਂਜੀ ਉੱਧਰ ਹਾਂਜੀ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣ ਗਿਆ ਇਹਦੇ ਅੱਬੇ ਨੂੰ ਇੰਨਾ ਚਾਹ ਚੜਿਆ ਘਰ ਮੱਛੀਆਂ ਦਾ ਪੈਕਟ ਬਣਤਾ ਵਜ਼ੀਰ ਆਜ਼ਮ ਬਣਨ ਦੇ ਪਾਕਿਸਤਾਨ ਦਾ ਸਦਰ ਬਣ ਗਿਆ ਤੇ ਰਿਸ਼ਤੇਦਾਰਾਂ ਤੇ ਕੀੜਾਂ ਕੱਢਣ ਦੇ ਮਾਮੇ ਅੰਦਰ ਕਰਾਏ ਤਾਇਆਂ ਦੀਆਂ ਸਵਾਰੀਆਂ ਦਿੱਤੀਆਂ ਸਾਰੇ ਰਿਸ਼ਤੇਦਾਰ ਮਾਰ ਦਿੱਤੇ ਸਦਾਰਤ ਦਾ ਫਾਇਦਾ ਚੁੱਕਣ ਦੇ 50 ਕੱਟ ਲਾ 100 ਰਹਿ ਗਿਆ ਚਲੋ ਜੀ 400 ਰਹਿ ਗਿਆ ਪਾਕਿਸਤਾਨ ਦਾ ਸਦਰ ਬਣ ਗਿਆ ਤੇ ਬਿਲਿੰਗ ਦਾ ਬਹੁਤ ਸ਼ੌਕ ਸੀ ਸਾਰੇ ਰੋਡ ਭਾਈ ਬੰਦ ਕਰਕੇ ਬਿਲਿੰਗ ਕਰਨ ਦਿਆ ਸਦਰ ਸਦਰ ਓਏ ਪਰੇ ਸਦਰ ਸਾਹਿਬ ਆ ਰਹੇ ਨੇ ਸਦਰ ਬਣ ਗਿਆ ਤੇ ਆਪਣੇ ਨੌਕਰ ਨੂੰ ਕਹਿੰਦਾ ਕਹਿੰਦਾ ਜਾ ਰਹਿ ਮੋ ਪਾਨ ਸ਼ਾਪ ਤੇ ਉਹਨੂੰ ਕਹੀ ਸਦਰ ਦਾ ਪਾਨ ਲਾ ਦੇ ਹਾਂਜੀ ਐ ਤਾਂ ਭਾਈ ਦਾ ਮੂੰਹ ਵੇਖ ਲਓ ਜਾਂ ਸੈਲਫੀ ਸਟਿਕ ਨਾਲ ਹੀ ਗੱਡੀ ਟੀਵੀ ਦੇਖਣ ਦਿਆ ਕੁੜੀ ਕਹਿੰਦੀ ਇਤਿਆਦ ਕੀਜੀਏ ਤੇ ਉਹਨੂੰ ਕਹਿੰਦਾ ਕਿਉਂ ਫਿਰ ਕਹੀ ਕਿੱਦਾਂ ਦੁਬਾਰਾ ਸੁਣਾਈ ਟੀਵੀ ਦੇਖਣ ਦਿਆ ਕੁੜੀ ਮਸ਼ਹੂਰੀ ਆਈ ਕੁੜੀ ਕਹਿੰਦੀ ਇਤਿਆਦ ਕੀਜੀਏ ਤੇ ਕਹਿੰਦਾ ਕਿਉਂ ਕਾਤੋਂ ਐਵੇਂ ਇਹ ਤੇ ਇਹਦਾ ਭਰਾ ਕੱਲ ਰਾਤੀ ਕੈਂਡਲ ਲਾਈਟ ਭੁੱਖੇ ਰਹੇ ਫਿੱਟੇ ਮੂੰਹ ਹਾਂਜੀ ਆ ਭਾਈ ਸ਼ਵਾਰਮਾ ਲੈਣ ਗਿਆ ਤੇ ਉਹਨੂੰ ਕਹਿੰਦੇ ਆ ਸਪਾਰੀ ਨਰਮ ਭਾਈ ਅੱਛੀ ਗੱਲ ਅੱਛੀ ਗੱਲ ਵਾਹ 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 ਅੱਛਾ ਯਾਰ ਤੂੰ 50 ਰੁਪਏ ਦੇ ਹੋ ਗਏ ਭੈਣ ਤੁਹਾਡੇ ਮੇਰਾ 100 100 ਤੇਰਾ 450 ਮੇਰਾ ਤੇਰਾ 450 ਕਿੱਦਾਂ ਬੇਟਿਆ ਮੰਗਲ ਵੀ ਹੈ ਨਾ ਲੈ ਮੰਗਲ ਵੀ ਹੈ ਇੱਕ ਫੌਤਗੀ ਤਾਂ ਚੱਲ ਗਿਆ ਉਹ ਕਹਿੰਦੇ ਕਿੰਨਾ ਵੇਖੋ ਮਾਸ਼ਾਅੱਲਾ ਲਾਸ਼ ਨੂੰ ਰੂਪ ਚੜਿਆ ਕਹਿੰਦਾ ਇਹਦੇ ਹੱਥ 'ਚ ਟੀਨ ਪੈਕ ਫੜਾ ਦਿਓ ਹੋਰ ਮਜ਼ਾ ਆਏਗਾ ਹਾਂਜੀ ਆ ਭਾਈ ਦਾ ਮੂੰਹ ਵੇਖ ਲਓ ਲਾਸ਼ ਨੂੰ ਮੂੰਹ ਵਹਾਈ ਦਿੱਤੀ ਪੀਜ਼ਾ ਹੱਟ ਚਲੇ ਗਿਆ ਤੇ ਉਹਨਾਂ ਨੂੰ ਜਾ ਕੇ ਕਹਿਣ ਦਿਆ ਤੁਸੀਂ ਭਲਾ ਰੋਟੀਆਂ ਵੀ ਲਾ ਲੈਂਦੇ ਗੁੱਡ ਇੰਨੇ ਪੰਜੇ ਪਕਾਉਂਦੇ ਹੁੰਦੇ ਸੀ ਇੰਨੇ ਪੰਜੇ ਪਕਾਉਂਦੇ ਹੁੰਦੇ ਸੀ ਪੰਜੇ ਖਾ ਖਾ ਕੇ ਇਹਨਾਂ ਦੀ ਜ਼ਬਾਨ ਤੇ ਝਰੀਟਾਂ ਪਈਆਂ ਉਹ ਫਿਰਦੇ ਰਹੇ ਉਹ ਮੇਰੇ ਮੌਲਾ ਇਹ ਵੀ ਇਹਨਾਂ ਨੇ ਘਰ ਪੰਜੇ ਪਕਾਏ ਤੇ ਉਰਦੂ ਬੋਲਦੇ ਹੁੰਦੇ ਸੀ ਇਹਦਾ ਭਰਾ ਕਹਿੰਦਾ ਚਲੋ ਬਈ ਸਾਲਨ ਸੇ ਸ਼ੇਕ ਹੈਂਡ ਕਰੋ ਮੁਰਗੀ ਦੇ ਪੰਜੇ ਘਰ ਗਿਆ ਭਾਈ ਘਰਦਿਆਂ ਨੂੰ ਕਹਿੰਦਾ ਕੀ ਪਕਾਇਆ ਉਹ ਕਹਿੰਦੇ ਆਲੂ ਪਕਾਏ ਤੇ ਇਹਨੇ ਮਾਰਿਆ ਠੁੱਡਾ ਹਾਂਡੀ ਨੂੰ ਨਿਆਣੇ ਨੂੰ ਆਵਾਜ਼ ਮਾਰ ਕਹਿੰਦਾ 20 ਰੁਪਏ ਦੀਆਂ ਆਲੂ ਵਾਲੀਆਂ ਟਿੱਕੀਆਂ ਲਿਆ ਲੱਖ ਲਾਣ
हांडी चो निकल के लांता पाउंदे भाई नूं पुछे मैं काम की करदा कहिंदा मेरा बड़ा हार्ड काम आ बहुत हार्ड काम करदा मैं वेखे ते हार्डवेयर वाली दुकान ते झाड़ू फेरन दे सुपरमैन हुंदा सी रात नूं किते उड्डिया एक मेहंदी ते फायरिंग हुंदी सी उन्हां ने फायर मारे मार गया उत्तों तले डिगे आ ਇਹ ਵੀ ਸੁਪਰਮੈਨ ਹੁੰਦਾ ਸੀ ਇੰਨਾ ਪੈਦਲ ਫਿਰਦਾ ਸੀ ਐਡੀਆਂ ਪਾਟੀਆਂ ਸੁਪਰਮੈਨ ਦੀ ਆਹੋ ਸਹੀ ਗੱਲ ਆ ਭਾਈ ਦਾ ਮੂੰਹ ਵੇਖ ਲਓ ਜਿੱਦਾਂ ਉਸਤਰੇ ਨਾਲ ਜੈਮ ਲਾਈ ਕਹਿੰਦਾ ਮੂੰਹ ਵੇਖ ਲਓ ਉਸਤਰੇ ਨਾਲ ਜੈਮ ਲਾਈ ਹੁੰਦੀ ਮੇਰਾ 150 ਹੋ ਗਿਆ ਨਹੀਂ 150 ਨਹੀਂ ਹੋ ਗਿਆ ਬੇਟੇ ਚੱਲ ਤੇਰੇ ਪਹਿਲੇ ਦੇ 50 ਸੀ ਨਾ ਉਹ ਡਾਵਾਂ ਡੋਲ ਸੀ ਉਹ ਪੱਕੇ ਹੋ ਗਏ ਹੁਣ ਸੁਪਰਮੈਨ ਹੁੰਦਾ ਸੀ ਤੇ ਉੱਡ ਉੱਡ ਕੇ ਮੇਲਿਆਂ ਤੋਂ ਲੰਗਰ ਖਾਂਦੇ ਆ कपड़े कुपड़े उड़ गए साढ़े दो बजे रात के थले उतरिया जो फुल हो गया हाँ जी ये भी सुपरमैन हों इन्ना उत्ते चला गया इन्ना उत्तो फरिश्तिया ने खिंच लिया नहीं सुपरमैन जी इन्ना उत्ते स्पीड ना गया फरिश्ते ने वेख्या उल अपनी मशूक नू नहा धो के पुछता अज मैं कैसा लग रहा वो कहती जी लारी अड्डे नी वो वाली कान दो लगन दे भाई एक कुड़ी ना डेट ते गया फुल ਉਹ ਐਂ ਕਰਕੇ ਪਰੇ ਨੂੰ ਗਈ ਆ ਮਿੱਟੀ ਦੀਆਂ ਟਰਾਲੀਆਂ ਨੰਗੀਆਂ ਫੁੱਲ ਬੁਰਾ ਹਾਲ ਹੋ ਗਿਆ ਸੀ ਅੱਛਾ ਯਾਰ ਜੁਗਤ ਨਹੀਂ ਹੁੰਦੀ ਇਹ ਕੋਈ ਸਿਚੁਏਸ਼ਨ ਆ ਪਜਾਮਾ ਵਾਲੀ ਆਈ ਹਾਂ ਚੀਕਣੀ ਮਿੱਟੀ ਦੀ ਟਰਾਲੀ ਨੰਗਦੀ ਤੇ ਆਪਣੇ ਜ਼ਿੰਦਾ ਪਿਓ ਨੂੰ ਪੁੱਛੀ ਜਾਂਦੇ ਆ ਲਵਾ ਲੈਂ ਤੁਹਾਡੀ ਕਬਰ ਲਈ ਪੁਲਿਸ ਵਾਲੇ ਇਹਨੂੰ ਫੜਨ ਆ ਗਏ ਤੇ ਹੱਥ ਕੜੀ ਨਹੀਂ ਲਾਈ ਬੋਰੇ 'ਚ ਪਾ ਕੇ ਲੈ ਗਏ ਮਰੇ ਬਿੱਲੀ ਆ ਫਿਟੇ ਮੂੰਹ ਹਾਂ ਰੱਖੇ ਵਾਲੇ ਨੂੰ ਕਹਿੰਦਾ ਲੈਟ ਹਸਪਤਾਲ ਜਾਣਾ ਹੀ ਉਹ ਇਹਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਕੀ ਹੋਇਆ ਪਾਕਿਸਤਾਨੀ ਟੀਮ ਵਾਲਿਆਂ ਨੇ ਇਹਨੂੰ ਕਿਹਾ ਸਵੇਰੇ ਅੱਜ ਹੀ ਸਟੇਡੀਅਮ ਮੈਚ ਹੀ ਅਤੇ ਹਾਕੀ ਸਟੇਡੀਅਮ ਫਿਰਦਾ ਰਿਹਾ ਅਤੇ ਸਰਫਰਾਜ਼ ਨੂੰ ਫੋਨ ਕਰ ਕਰਕੇ ਕਹਿੰਦੇ ਆ ਗੇੜਾ ਦੇ ਦਿੱਤਾ ਜੇ ਨਾ ਓਏ ਹਾਂਜੀ ਬਿਸਮਿਲਾ ਇਹਨਾਂ ਘਰ ਯਾਰ 50 ਰੁਪਏ ਦੀ ਖਾਤਰ ਮਿਹਨਤ ਕਰ ਰਿਹਾ ਬੱਚਾ ਇਹ ਤੇ ਘਰ ਯਾਨਾ ਬਾਈ ਖੜੀ ਮੈਂ ਖੈਰ ਤੇਰੇ ਘਰ ਯਾਨਾ ਬਾਈ ਖੜੀ ਕਹਿੰਦਾ ਯਾਰ ਕਣਕ ਸਪਾਈ 11 ਬਾਈ ਇਹਨੂੰ ਚਲਾਉਣ ਲਈ ਉਹਨਾਂ ਨੇ ਦਿੱਤੀ ਅਤੇ ਉਹਦੀ ਬੱਤੀ ਲਾ ਕੇ ਬੈਠਕ 'ਚ ਲਾਈ ਅਤੇ 11 ਬਾਈ ਉਬਰ 'ਤੇ ਪਾਈ ਉਹ ਫਿੱਟੇ ਮੂੰਹ ਹਾਂ ਇੱਕ ਬੰਦਾ ਇਹਨੂੰ ਕਹਿੰਦਾ ਟਾਈਮ ਕੀ ਹੋਇਆ ਕਹਿੰਦਾ ਯਾਰ ਆ ਘੜੀ ਨਹੀਂ ਪੱਟੀ ਕੀਤੀ ਆ ਸਾਊਦੀ ਅਰਬ ਚੋਰੀ ਕਰਦਾ ਫੜਿਆ ਗਿਆ ਉਹਨਾਂ ਨੇ ਬਾਂਹ ਲਾ ਦਿੱਤੀ ਅਤੇ ਘੜੀ ਬੰਨਣ ਦਾ ਸ਼ੌਕ ਹੁੰਦਾ ਸੀ ਇੱਥੇ ਕਿੱਲ ਠੋਕ ਕੇ ਘੜੀ ਪਾਈ ਡਿੱਗੇ ਸਾਊਦੀ ਅਰਬ ਚੋਰੀ ਕਰਦਾ ਫੜਿਆ ਗਿਆ ਉਹਨਾਂ ਨੇ ਕਿਹਾ ਇਹਦੇ ਹੱਥ ਲਾ ਦਿਓ ਅਤੇ ਮਾਫੀਆਂ ਮੰਗਣ ਲੱਗ ਪਿਆ ਉਹਨਾਂ ਨੇ ਕਿਹਾ ਚਲੋ ਇੱਕ ਲਾ ਦਿਓ ਇੱਕ ਉਹਨਾਂ ਨੇ ਲਾ ਦਿੱਤਾ ਅਤੇ ਦੂਜੇ ਨਾਲ ਕਰਨ ਦਿਆ ਉਹਨਾਂ ਨੇ ਉਹ ਵੀ ਲਾ ਦਿੱਤਾ ਅਤੇ ਫਿਰ ਐਂ ਕਰਨ ਦਿਆ ਉਹਨਾਂ ਨੇ ਧੋਣ ਵੀ ਲਾ ਦਿੱਤਾ ਆ ਵੀ ਚੋਰ ਹੁੰਦਾ ਸੀ ਅਤੇ ਨਾਲੇ ਥੋੜ੍ਹਾ ਥੋੜ੍ਹਾ ਥੱਥਾ ਵੀ ਹੁੰਦਾ ਸੀ ਇੱਕ ਬੰਦੇ ਨੂੰ ਕਹਿੰਦਾ ਤਾਂ ਯਾਰ ਉਹਦੀ ਗੱਲ ਨਹੀਂ ਸੁਣੀ ਇਹ ਵੀ ਚੋਰ ਹੁੰਦਾ ਸੀ ਅਤੇ ਨਾਲੇ ਥੋੜ੍ਹਾ ਥੋੜ੍ਹਾ ਥੱਥਾ ਵੀ ਹੁੰਦਾ ਸੀ ਅੱਛਾ ਉਹ ਪੰਚ ਲੈਨ ਤੇ ਪਹੁੰਚਣ ਲਈ ਕਿੰਨੀ ਸਪੀਡ ਮਾਰਦਾ ਸੀ ਇਹ ਵੀ ਚੋਰ ਹੁੰਦਾ ਸੀ ਅਤੇ ਨਾਲੇ ਥੋੜ੍ਹਾ ਥੋੜ੍ਹਾ ਥੱਥਾ ਵੀ ਹੁੰਦਾ ਸੀ ਚੱਲ ਆਹ ਥੱਥਾ ਹੁੰਦਾ ਸੀ ਅਤੇ ਚੋਰ ਵੀ ਹੁੰਦਾ ਸੀ ਵਾਹ ਵਾਹ ਬੇਟਾ ਕੀ ਤੂੰ ਉੱਤੋਂ ਨਹੀਂ ਆਇਆ ਚੋਰ ਹੁੰਦਾ ਸੀ ਅਤੇ ਥੱਥਾ ਵੀ ਹੁੰਦਾ ਸੀ ਇੱਕ ਬੰਦੇ ਨੂੰ ਖਿਲਾਰ ਕਹੀਏ ਤਦ ਦੇ ਜੋ ਹੈ ਬਾਹਰ ਦੇ ਮੁਲਕ ਚਲਾ ਗਿਆ ਉੱਥੇ ਇੱਕ ਅੰਗਰੇਜ਼ ਦੇ ਘਰ ਮੁੰਡਾ ਹੋਇਆ ਅਤੇ ਕਹਿੰਦਾ ਇਹਦਾ ਨਾਮ ਮਕਬੂਲ ਰੱਖ ਲਓ ਮਕਬੂਲ ਇਹਦਾ ਵੀ ਇੱਕ ਸੌਦੀਆ ਚੋਂ ਕਜ਼ਨ ਆਇਆ ਅਤੇ ਉਹਨੂੰ ਆਪਣੇ ਦੋਸਤਾਂ ਨਾਲ ਮਿਲਾਉਣ ਦਿਆ ਕਹਿੰਦਾ ਯੇ ਹੈ ਮੇਰੇ ਮਾਖਾ ਬਾਈ ਆਪਣੀ ਮਸ਼ੂਕ ਨੂੰ ਫਿਲਮ ਦਿਖਾਉਣ ਲੈ ਗਿਆ ਜਦੋਂ 2000 ਰੁਪਏ ਦੀਆਂ ਟਿਕਟਾਂ ਲੈ ਲਿਆ ਉਹ ਬੋਲ ਪਈ ਕਹਿੰਦੀ ਮੈਂ ਤੇ ਅੰਨੀ ਆ ਮੈਨੂੰ ਕਿੱਧਰ ਲੈ ਆਇਆ ਫਿਲਮ ਅੱਧੀ ਫਿਲਮ ਵੇਖ ਕੇ ਕਹੀ ਜਾਵੇ ਯਾਰ ਮੈਨੂੰ ਸਮਝ ਨਹੀਂ ਆਈ
ਆ ਭਾਈ ਨੇ ਕੁਲਫੇ ਵਾਲੇ ਵੀ ਚਿੱਤਰ ਖਾ ਲਏ ਕਿਉਂ ਉਹਨੂੰ ਕਹਿਣ ਦਿਆ ਮੈਨੂੰ ਤੀਲੇ ਤੇ ਲਾ ਕੇ ਦੇ ਆ ਭਾਈ ਸਾਇੰਸਦਾਨ ਬਣ ਗਿਆ ਕੋਈ ਸਾਇੰਸਦਾਨ ਕੋਈ ਤਜਰਬਾ ਕਰਨ ਦਿਆ ਕੋਈ ਕੋਈ ਮੈਂ ਕਿਹਾ ਤੂੰ ਨੀ ਕੁਛ ਕਰਨ ਦਿਆ ਕਹਿੰਦਾ ਮੈਂ ਅੱਲਾ ਤੇ ਸੁੱਟੀ ਇਹ ਕਿਹੜਾ ਸਾਇੰਸਦਾਨ ਆ ਨਾਚਾ ਐਡਾ ਥੋੜ ਦਿਲਾ ਸੀ ਐਡਾ ਥੋੜ ਦਿਲਾ ਤਾਰਕ ਜੀ ਸੋਚ ਗਿਆ ਇੱਕ ਸਵਾਲ ਦਾ ਸਹੀ ਜਵਾਬ ਦਿੱਤਾ ਉਹਨੇ ਕਿਹਾ ਵਾਸ਼ਿੰਗ ਮਸ਼ੀਨ ਪ੍ਰੋਗਰਾਮ ਦੇ ਐਂਡ ਤੇ ਮਿਲ ਜਾਏਗੀ ਇਹ ਕਹਿੰਦਾ ਦੇ ਦਿਓ ਮੈਂ ਝੋਲੀ 'ਚ ਰੱਖ ਲੈਂਦਾ ਹੁਣੇ ਦੇ ਦਿਓ ਕਹਿੰਦਾ ਹੁਣੇ ਦੇ ਦਿਓ ਮੈਂ ਝੋਲੀ 'ਚ ਰੱਖ ਲੈਂਦਾ ਹਾਂ ਭਾਈ ਬਸ ਅਤੇ ਸਾਰਾ ਪ੍ਰੋਗਰਾਮ ਮੈਂ ਪੜ੍ਹ ਕੇ ਦੇਖ ਰਿਹਾ ਹੈਗਾ ਕਿੱਡੇ ਮੂੰਹ ਆ ਭਾਈ ਉਹਨਾਂ ਨੇ ਹੈਲੀਕਾਪਟਰ ਲਿਆ ਅਤੇ ਉਹਨੂੰ ਬੱਸ ਵਾਲਾ ਹਾਰਨ ਲਾਇਆ ਯਾਰ ਭਾਈ ਨੇ ਹੈਲੀਕਾਪਟਰ ਲਿਆ ਤੈਨੂੰ ਬੱਸ ਸਾਰਾ ਹਾਰਨ ਲਾਇਆ ਜੇ ਨਹੀਂ ਉੱਤੋਂ ਬਾਤ ਆ ਰਹੀ ਪੜ੍ਹੋ ਨਾ ਪੜ੍ਹੋ ਨਾ ਪੜ੍ਹ ਕੀ ਮਾਹੌਲ ਹੁੰਦਾ ਹੈਗਾ ਯਾਰ ਜਹਾਜ਼ ਦੇ ਆਲੇ ਦੁਆਲੇ ਫਿਰੀ ਜਾਵੇ ਮੈਂ ਕਿਹਾ ਕੀ ਕਰਨ ਡਿਆ ਕਹਿੰਦਾ ਮੈਂ ਇਹਦੀ ਕਿੱਕ ਲੱਭਣ ਡਿਆ ਹਾਂ ਜਹਾਜ਼ 'ਚ ਬਹਿ ਗਿਆ ਕੁੜੀ ਨੇ ਲਿਆ ਕੇ ਬੋਤਲ ਦਿੱਤੀ ਅਤੇ ਕਹਿੰਦਾ ਕਾਕੀ ਜੱਗ ਵੀ ਲਿਆ ਦੇ ਮੈਂ ਦੁੱਧ ਸੋਡਾ ਬਣਾਉਣਾ ਕਾਕੀ ਵਾਹ ਆ ਭਾਈ ਮੇਲਾ ਲਾ ਇੱਕ ਕਾਰਡ ਆਪਣੇ ਆਈ ਟੀ ਐਮ 'ਚ ਫਿਰੀ ਜਾਵੇ ਆ ਭਾਈ ਜਹਾਜ਼ 'ਚ ਬੈਠਾ ਤਾਂ ਏਅਰ ਹੋਸਟਲ ਆਈ ਕਹਿੰਦੀ ਆਪ ਕਿਆ ਲਏਂਗੇ ਬੋਤਲ ਕੋਲਡ ਡਰਿੰਕ ਅਤੇ ਕਹਿੰਦਾ ਨਾਨ ਟਿੱਕੀ ਨਹੀਂ ਹੈਗੀ ਅੱਛਾ ਇਹਨੇ ਹੁਣੇ ਬਣਾਈ ਉਹ ਗੱਲ ਕਸਮ ਕਾਹੁਣੇ ਨਹੀਂ ਬਣਾਈ ਆ ਬੈਂਕ 'ਚ ਵੜਿਆ ਭਾਈ ਫੁੱਲ ਟੂ ਪੀਸ ਪਾਇਆ ਅਤੇ ਬੰਦੇ ਵੇਖ ਵੇਖ ਕੇ ਹੱਥੀ ਆਉਣੇ ਤੇ ਪੈਰਾਂ ਨੇ ਛਾਪਰ ਫਸੇ ਯਾਰ ਫਿੱਟੇ ਮੂੰਹ ਯਾਰ ਇਹਦੇ ਕੋਲ ਇੱਕੋ ਹੀ ਦਸਾਂ ਦਾ ਨੋਟ ਅਤੇ ਉਹਦੇ 'ਤੇ ਦੱਥੀ ਤਰ੍ਹਾਂ ਰਬੜ ਚਾੜੀ ਫਿਰੇ ਇਹ ਕੰਨੇ ਬੰਦੇ ਨੇ ਇਹਨੂੰ ਕਿਹਾ ਮੈਨੂੰ ਸੜਕ ਪਾਰ ਕਰਾ ਦੇ ਅਤੇ ਉਹਨੂੰ ਅੱਧ ਵਿੱਚ ਘਰ ਲਿਆ ਕੇ ਕਹਿੰਦਾ 50 ਰੁਪਏ ਦੇ ਇੱਥੇ ਛੱਡ ਦੂੰਗਾ ਜੀ ਕੀ ਤੂੰ ਮਰੇ ਇਹਨੂੰ ਵੀ ਇਹ ਕੰਨੇ ਨੇ ਕਿਹਾ ਮੈਨੂੰ ਸੜਕ ਪਾਰ ਕਰਾ ਦੇ ਅਤੇ ਉਹਨੂੰ ਲੰਮੇ ਰੁੱਖ ਕਰਾਉਣ ਦਿਆ ਅਤੇ ਉਹਨੂੰ ਸ਼ੇਖਪੁਰੇ ਲੈ ਗਿਆ ਲੰਮੇ ਰੁੱਖ ਅਤੇ ਹੁਣ ਕਿੰਨੇ ਕਿੰਨੇ ਪੈਸੇ ਹੋ ਗਏ ਮੇਰਾ 850 ਰੁਪਏ 850 ਰੁਪਏ ਓਏ ਸਹੀ ਦੱਸੋ ਮਰੇ 100 ਮੇਰਾ ਹਾਂ 550 ਓਕੇ ਤੇਰਾ ਕਿੰਨਾ ਸੀ ਮੇਰਾ 1100 ਇਹ 11 ਦੋਸਤਾਂ ਦੀ ਗੱਲ ਕਰ ਮੈਂ ਨਾ ਨਹੀਂ ਭਾਈ 1100 ਹੀ ਆ ਹੈ 1100 ਹੀ ਆ ਥੱਲੋ ਥੱਲੋ ਨਾਲ ਪੀਂਦੀਆਂ ਵੀ ਘੁੱਟਣ ਦੇ ਪੈਂਦੀਆਂ ਓਏ ਤਦੀ ਮੈਂ ਕਹਾਂ ਮਰੇ ਲਓ ਜੀ ਭੈਣ ਬਹੁਤ ਅੱਛਾ ਸ਼ੋਅ ਕੀਤਾ ਇਹਨਾਂ ਨੇ ਪਸੋਲ ਕਰਨ ਲੱਗੇ ਇੱਕ ਆਖਰੀ ਜਿਹੜਾ ਲੱਗਦਾ ਭੈਣ ਹੈ 500 ਰੁਪਇਆ ਤੇਰਾ ਅਤੇ 500 ਰੁਪਇਆ ਤੇਰਾ ਠੀਕ ਹੈ ਜੀ ਲਓ ਜੀ ਭੈਣ ਤੁਸੀਂ ਦੇਖ ਜਾਓ ਇਹਨੇ ਮੈਨੂੰ ਦੇਣਾ ਨਹੀਂ ਭਾਨ ਮਦਸਰ ਬੜੀ ਹੋਏ ਆਲੋ ਭੈਣ ਲਓ ਜੀ ਤੁਹਾਨੂੰ ਵੀ ਭੈਣ ਐ ਤੁਹਾਡੇ ਤਾਲੀਆਂ ਯਾਰ ਭਰਪੂਰ ਤਾਲੀਆਂ ਐ ਭੈਣ ਨਾ ਫੜੋ ਕੀ ਕਹਿਣਾ ਚਾਹ ਇੰਨੇ ਪੈਸਿਆਂ ਦਾ ਕੀ ਕਰੋਗੇ ਇੰਨੇ ਪੈਸਿਆਂ ਦਾ ਰੱਖ ਹੀ ਲਾਂਗੇ ਨਿਸ਼ਾਨੀ ਦੇ ਤੌਰ ਤੇ ਭੈਣ ਲਓ ਹਲੇ ਭੈਣ ਹੈ ਵੀ ਇਜਾਜ਼ ਆ ਤੁਸੀਂ ਇਹਨੂੰ 10 ਰੁਪਏ ਨਾ ਸਮਝੋ ਇਹ ਤੇਰਾ ਇਲਾਜ ਆ ਇਹ ਤੁਸੀਂ 10 ਰੁਪਏ ਨਾ ਸਮਝੋ ਆ ਵੀ 10 ਪਾਓ ਇਹ 20 ਆ ਇਹਦੀ ਉਹ ਡਿਸਪੈਂਸਰੀ ਤੋਂ ਪਰਚੀ ਮਿਲਦੀ ਆਪਣਾ ਇਲਾਜ ਕਰਾ ਲਈ ਭੈਣ ਬੱਜੇ ਦੋ ਮੈਂ ਕਿਹੜਾ ਖਰਚਣੇ ਆ ਹੈਂ ਬੱਜੇ ਦੋ ਮੈਂ ਕਿਹੜਾ ਖਰਚਣੇ ਆ ਬੇਟਾ ਤੂੰ ਉਰੇ ਆ 500 ਦਾ ਨੋਟ ਤੂੰ ਇੱਕ ਜਗ੍ਹਾ ਤੇ ਰੱਖੇਗਾ ਕੋਈ 19 ਕਿਉਂ ਗਈ ਪੂਰਾ ਗਿਆ ਇਹ ਤੂੰ ਘਰ ਦੇ ਲਹਿਦ ਲਹਿਦ ਜਗ੍ਹਾ ਤੇ 5 ਨੋਟ ਰੱਖ ਮੈਂ ਰੱਖਣੇ ਨਹੀਂ ਇੱਕ ਚੁੱਕਿਆ ਜਾਏ 4 ਵੱਜ ਜਾਣ ਕਿਤੇ ਵੀ ਨਹੀਂ ਰੱਖਣੇ ਮੈਂ ਤੂੰ ਇਹਨਾਂ ਦੇ ਠੀਪੇ ਲੈ ਲਾ ਕਬਰਸਤਾਨ ਦੇ ਲਾਗੋਂ ਨੰਗਣਦੇ ਆ ਕਬਰਸਤਾਨ ਦੇ ਲਾਗੋਂ ਨੰਗਣਦੇ ਆ ਤੇ ਮੁਰਦੇ ਹੱਥਾਂ ਤੇ ਹੱਥ ਸੁੱਟ ਕੇ ਕਹਿੰਦੇ ਇਹ ਵੀ ਆਉਣ ਵਾਲੀ ਆ ਯਾਰ ਕਲੈਪ ਇਹਨਾਂ ਦੋਵਾਂ ਬੱਚੇ ਸਾਰੇ ਹੱਸੇ ਬਲਕੇ ਸਾਰੇ ਹੱਸੇ ਗੁੱਡ ਕਲੈਪ ਇਹ ਜ਼ਰਾ ਇੱਕ ਸ਼ਾਰਟ ਕੈਮਰਾਮੈਨ ਸਾਹਿਬ ਦਿਖਾਓ ਕਿ ਰਾਤ ਦੇ 3 ਵਜੇ ਨੇ ਔਰ ਕੀ ਸਾਡੀ ਮੁਹੱਬਤ 'ਚ ਅਸੀਂ ਕਿੱਦਾਂ ਪਿਆਰ ਨਾਲ ਅਸੀਂ ਸ਼ੋਅ ਕਰ ਰਹੇ ਨਾਰਾ ਮਾਰੋ ਪਾਕਿਸਤਾਨ।